ਸਾਡੀ ਕਿਸਮਤ ਸਾਨੂੰ ਹਰਾਇਆ ਨੀ ਆਪਣਾ ਕੀ ਸੀ ਮੇਲ ਲੱਖ ਚੌਦੇ ਰਹਿਣ ਚ ਕੌਣ ਭਾਵੇਂ ਪਰ ਚੰਨ ਤਾਂ ਕਦੇ ਖਿਆਇਆ ਨੀ ਬਹੁਤ ਸ਼ੁਕਰੀਆ। ਮੈਂ ਗਾਉਣਾ ਨਹੀਂ ਚਾਹੁੰਦਾ ਸੀਗਾ ਕਿਉਂਕਿ ਮੈਂ ਉਸਤਾਦ ਜੀ ਦੀ ਕਿਸੇ ਵੀ ਵਰਸੀ ਉੱਤੇ ਜਦੋਂ ਦੀ ਹੋਸ਼ ਜੀ ਸਵਾਰੀ ਹੈ ਕਦੇ ਗਾਇਆ ਨਹੀਂ। ਨਹੀਂ 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 ਜਵਾਨੀ ਦੀ ਮਾਰਕਾ ਫਿਰ ਦੇਵਾਂਗੇ। ਨਹੀਂ ਹੁਣ ਥੋੜ੍ਹਾ ਜਵਾਨੀ ਦੇ ਉੱਤੇ ਹੋ ਗਏ ਹਾਂ। ਨਹੀਂ ਪਾਸਪੋਰਟ ਖਾਣੇ ਆਪਾਂ ਅਮਨ ਸੁਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾ ਵੇ ਤੂੰ ਵੀਜ਼ਾ ਵੀ ਲਵਾ ਲਿਆ ਪਾਸੀ ਗਾ ਦੀਏ ਜੀ। ਵੈਸੇ ਗਾਉਣਾ ਨਹੀਂ ਚਾਹੁੰਦਾ ਸੀ ਪਰ ਮੈਂ ਫਿਰ ਤਾੜੀ ਮਾਰਦੇ ਖਲਗੇ ਇਹਨਾਂ ਗੀਤਾਂ ਨੇ ਤੁਸੀਂ ਲੋਕ ਗੀਤ ਬਣਾਇਆ ਕਿਉਂਕਿ ਇਹ ਮੇਰੇ ਗੀਤ ਨਹੀਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹ ਪਬਲਿਕ ਦੇ ਗਾਣੇ ਹੈ ਮੇਰੇ ਗਾਣੇ ਨਹੀਂ ਗੇ।
ਕਿਉਂਕਿ ਤੁਸੀਂ ਐਸਾ ਪਾਸਪੋਰਟ ਬਣਾ ਕੇ ਦਿੱਤਾ ਬਾਜੀ, ਮੈਂ ਵੀ ਬਾਜੀ, ਤੁਸੀਂ ਲੋਕਾਂ ਨੇ ਐਸਾ ਪਾਸਪੋਰਟ ਬਣਾ ਕੇ ਦਿੱਤਾ, ਐਸਾ ਵੀਜ਼ਾ ਲਵਾ ਕੇ ਦਿੱਤਾ ਕਿ 30-32 ਸਾਲਾਂ ਤੋਂ ਜਹਾਜ਼ਾਂ ਦੀ ਸੈਰ ਕਰ ਰਹੇ ਹਾਂ। ਇਹ ਤੁਹਾਡਾ ਆਸ਼ੀਰਵਾਦ ਹੈ, ਤੁਹਾਡਾ ਪ੍ਰਤਾਪ ਹੈ, ਵਰਨਾ ਮੈਂ ਤੁਹਾਡੇ ਚਰਨਾਂ ਦੀ ਧੂੜ ਹੈ। ਅੱਜ ਗੋਣਾ ਗੋਣਾ ਨਹੀਂ ਹੁੰਦਾ, ਗੋਣਾ ਬਹੁਤ ਦੂਰ ਦੇ ਗਿਆ, ਗਾਣਾ ਪਹਿਲਾਂ ਕਹਿੰਦਾ ਮੇਰੇ ਦਾਨ ਆ। ਅਸੀਂ ਲੋਕ ਕਈ ਵਾਰੀ ਗਾਣੇ ਨਾਲ ਪੰਗਾ ਲੈ ਲੈਂਦੇ ਹਾਂ, ਕਈ ਵਾਰੀ ਉਸਤਾਦ ਜੀ ਨਾਲ ਪੰਗਾ ਲੈ ਲੈਂਦੇ ਹਾਂ, ਕਿਉਂਕਿ ਜਿੱਥੇ ਉਹ ਗਾ ਗਏ ਉੱਥੇ ਗਾਉਣਾ ਬੜਾ ਮੁਸ਼ਕਿਲ ਹੈ। ਸੋ ਸਾਈ ਔਰ ਅੰਤਰਾ ਪਾਸਪੋਰਟ।